देख सकते हो तुसी किवें बच्चे सेवावां इस समय जिहड़ियां कर रहे ने, कोई बिस्किट डिस्ट्रीब्यूट कर रहा है, कोई पानी दे गिलास डिस्ट्रीब्यूट कर रहा है। ਸਾਨੂੰ ਹਰ ਕੋਈ ਪੁੱਛਦਾ ਹੈ ਕਿ ਫਾਰਮਰਸ ਬੈਕਗ੍ਰਾਉਂਡ, ਫਾਰਮਰ ਬੈਕਗ੍ਰਾਉਂਡ, ਜ਼ਰੂਰੀ ਨਹੀਂ ਹੈ ਕਿ ਹਰ ਕਿਸੇ ਦਾ ਬੈਕਗ੍ਰਾਉਂਡ ਫਾਰਮਰਸ ਤੋਂ ਹੀ ਹੋ, ਸਾਨੂੰ ਰੋਟੀ ਹੀ ਫਾਰਮਰਸ ਤੋਂ ਮਿਲਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ UK ਵੇਖ ਰਹੇ ਹੋ ਤੁਸੀਂ, ਲਾਈਵ ਤਸਵੀਰਾਂ ਨੇ ਕੁੰਡਲੀ ਬਾਰਡਰ ਤੋਂ, ਜਿੱਥੇ ਵੱਡੇ ਵੱਡੇ ਸਾਡੇ ਵੀਰ ਜਥੇਬੰਦੀਆਂ ਲੰਗਰ ਲਾ ਰਹੇ। ਮੈਂ ਕੈਮਰਾਮੈਨ ਵੀਰ ਨੂੰ ਕਹਾਂਗਾ ਦਿਖਾਈਏ, ਨੰਨੇ ਨੰਨੇ ਪਿਆਰੇ ਪਿਆਰੇ ਬੱਚੇ ਔਰ ਯੰਗਸਟਰ ਜਿਹੜੇ ਦਿੱਲੀ ਨਰੇਲਾ ਤੋਂ ਨੇ ਉਹ ਆਏ ਹੋਏ ਨੇ। ਬਿਲਕੁਲ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਦਈਏ, ਕਦੀ ਫਰੂਟੀ ਦੇ ਲੰਗਰ ਵੰਡ ਰਹੇ ਨੇ, ਕਦੀ ਬਿਸਕਿਟਸ ਵੰਡ ਰਹੇ ਨੇ, ਕਦੀ ਪਾਣੀ ਦੇ ਗਲਾਸ ਵੰਡ ਰਹੇ ਨੇ। ਬਹੁਤ ਵਧੀਆ ਲੱਗ ਰਿਹਾ ਕਿ ਜਿੱਥੇ ਸਾਡੇ ਨੌਜਵਾਨ ਵੀਰ ਜਾਂ ਵੱਡੇ ਬਜ਼ੁਰਗ ਜਾਂ ਜਥੇਬੰਦੀਆਂ ਨੇ ਲੰਗਰ ਲਾਇਆ, ਉੱਥੇ ਇਹ ਜਿਹੜੇ ਨੰਨੇ ਨੰਨੇ ਪਿਆਰੇ ਬੱਚੇ ਵੀ ਨੇ, ਯੰਗਸਟਰਸ ਵੀ ਨੇ, ਔਰ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਇਹਨਾਂ ਨੂੰ ਵੀ ਅਹਿਸਾਸ ਹੈ ਕਿ ਜੋ ਹੋਇਆ ਉਹ ਗਲਤ ਹੋਇਆ, ਇਹਦੇ ਕਰਕੇ ਲੰਗਰ 'ਚ ਇਹਨਾਂ ਨਾਲ ਗੱਲਬਾਤ ਕਰਾਂਗੇ। ਫਤਿਹ ਦੀ ਸਾਂਝ ਕਰ ਦਿਓ ਜੀ ਇੱਕ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਮਨਪ੍ਰੀਤ ਸਿੰਘ ਹੈ। ਦੇਖਣ ਤੁਸੀਂ ਸਾਰੇ ਯੰਗਸਟਰ ਜੇ ਲੱਗ ਰਹੇ ਹੋ, ਕੀ ਏਜ ਹੈ ਤੁਹਾਡੀ ਬਈ? ਮੇਰੀ ਸਰ 20 ਹੋ ਚੁੱਕੀ ਹੈ। 20 ਇਅਰਸ ਓਲਡ, ਓਕੇ। ਕੀ ਨਾਂ ਜੀ ਤੁਹਾਡਾ? ਹਰਸ਼ਪ੍ਰੀਤ ਸਿੰਘ। ਕਿੰਨੇ ਹੋ, ਕੀ ਏਜ ਹੈ ਭਾਜੀ? 17 ਸਾਲ। ਕੀ ਗੱਲ ਹੈ ਜੀ, ਵੇਖ ਸਕਦੇ ਹੋ ਸਾਡੇ ਨੌਜਵਾਨ ਵੀਰ। ਕੀ ਨਾਂ ਜੀ? ਨਾਮ ਸਾਜੇ ਵਰਮਾ। ਸਾਜੇ ਵਰਮਾ, ਫਤਿਹ ਬੁਲਾ ਸਕਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਦੇਖ ਸਕਦੇ ਹੋ ਕਿੰਨੀ ਕਿਊਟ ਜੀ ਸਾਜੇ ਵਰਮਾ, ਆਪਣਾ ਨਾਂ ਦੱਸਿਆ, ਬੱਚੀ ਸਾਡੇ ਨਾਲ ਧੀ ਹੈ, ਛੋਟੀ ਜੀ ਇਹ ਵੀ ਆਈ ਹੈ ਨਾਲ, ਪਾਣੀ ਤਾਂ ਮੈਂ ਦੇਖ ਰਿਹਾ ਕਦ ਤੋਂ ਕਦੀ ਫਰੂਟੀ ਡਿਸਟ੍ਰੀਬਿਊਟਸ ਕਰ ਰਹੇ ਨੇ, ਕਦੇ ਬਿਸਕਿਟਸ, ਔਰ ਹੁਣ ਪਾਣੀਆਂ ਦੇ ਜਿਹੜੀ ਕਿ ਸੇਵਾ ਵੀਰ ਸਾਡੇ ਕਿਸਾਨ ਵੀਰ ਬੈਠੇ ਨੇ ਉਹਨਾਂ ਦੇ ਲਈ ਲੈ ਕੇ ਆਇਓ। ਕੀ ਕਰਨ ਆਏ ਹੋ ਬੇਟੇ? ਸੀ ਸੇਵਾ ਕਰਨੇ। ਸੇਵਾ ਕਰਨੇ ਆਏ ਹੋ? ਹੋਰ ਕੌਣ ਕੌਣ ਆਇਆ ਤੁਹਾਡੇ ਨਾਲ? ਫਰੈਂਡਸ ਆਏ? ਔਰ ਨਹੀਂ 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 ਆਈ। ਅੱਛਾ, ਸਿਸਟਰਸ ਆਈਆਂ? ਯੈਸ। ਅੱਛਾ, ਦੇਖ ਸਕਦੇ ਹੋ ਜੀ ਇਹਨਾਂ ਪਰਿਵਾਰਾਂ ਵੱਲੋਂ ਹੋਰ ਸਾਡੀਆਂ ਧੀਆਂ ਭੈਣਾਂ ਵੀ ਆਈਆਂ ਜੀ ਨਾਲ। ਪਰਮਜੀਤ ਕੌਰ, ਜਸਲੀਨ ਕੌਰ। ਕਿਸ ਲਈ ਇੱਥੇ ਪਹੁੰਚੇ? ਔਰ ਮੈਂ ਤੁਹਾਨੂੰ ਕਦ ਤੋਂ ਨੋਟਿਸ ਕਰ ਰਿਹਾ ਕਿ ਤੁਸੀਂ ਲੋਕ ਜਿਹੜੀ ਇੱਕ ਡਿਫਰੈਂਟ ਜਿਹੜੀਆਂ ਸੇਵਾਵਾਂ ਨੇ ਉਹ ਨਿਭਾ ਰਹੇ ਹੋ। ਅਸੀਂ ਸਪੋਰਟ ਕਰਨ ਆਏ ਹਾਂ ਫਾਰਮਰਸ ਨੂੰ, ਅਤੇ ਸੇਵਾ ਕਰਨ ਆਏ ਹਾਂ ਇੱਥੇ। ਹਾਂਜੀ, ਅਸੀਂ ਉਰੇ ਸਪੋਰਟ ਕਰਨ ਆਇਆ ਸਭ ਨੂੰ, ਫਾਰਮਰਸ ਨੂੰ, ਅਤੇ ਸੇਵਾ ਕਰਨ ਆਇਆ ਸਭ ਦੀ। ਕੀ ਨਾਂ ਜੀ ਤੁਹਾਡਾ? ਹਾਂਜੀ, ਸਿਮਰਨ ਕੌਰ। ਸਿਮਰਨ, ਅਗਰ ਗੱਲ ਕਰੀਏ, ਅਸੀਂ ਦੇਖਦੇ ਹਾਂ ਕਿ ਤੁਸੀਂ ਯੰਗਸਟਰ ਜਿਹੜੇ ਹੋ ਅੱਜ ਉਹ ਵੀ ਇਸ ਮੋਰਚੇ 'ਚ ਨੇ, ਅਕਸਰ ਜਿਹੜੇ ਕਿਸਾਨ ਵੀਰ ਨੇ ਅਸੀਂ ਦੇਖਦੇ ਹਾਂ ਜਥੇਬੰਦੀਆਂ ਨੇ ਜਾਂ ਬਜ਼ੁਰਗ ਵੱਡੇ ਨੇ, ਪਰ ਅੱਜ ਤੁਹਾਨੂੰ ਯੰਗਸਟਰਸ ਨੂੰ ਦੇਖ ਕੇ ਬੜਾ ਅੱਛਾ ਲੱਗ ਰਿਹਾ, ਕੀ ਮਨ 'ਚ ਸੋਚ ਸੀ? ਅਸੀਂ ਇਹ ਸੋਚਿਆ, ਬੇਸਿਕਲੀ ਸਾਨੂੰ ਹਰ ਕੋਈ ਪੁੱਛਦਾ ਕਿ ਫਾਰਮਰਸ ਬੈਕਗ੍ਰਾਉਂਡ, ਫਾਰਮਰ ਬੈਕਗ੍ਰਾਉਂਡ, ਜ਼ਰੂਰੀ ਨਹੀਂ ਹੈ ਕਿ ਹਰ ਕਿਸੇ ਦਾ ਬੈਕਗ੍ਰਾਉਂਡ ਫਾਰਮਰਸ ਤੋਂ ਹੀ ਹੋ, ਸਾਨੂੰ ਰੋਟੀ ਹੀ ਫਾਰਮਰਸ ਤੋਂ ਮਿਲਦੀ ਆ, ਅਸੀਂ ਉਹ ਸਭ ਦੇਖ ਕੇ ਇੱਥੇ ਸਪੋਰਟ ਕਰਨ ਆਏ ਹਾਂ। ਕਿੰਨੇ ਕੁ ਤੁਹਾਡੇ ਫੈਮਿਲੀ 'ਚੋਂ, ਕਿੰਨੇ ਟੋਟਲ ਫਰੈਂਡਸ ਤੁਸੀਂ ਆਏ ਹੋ? ਅਸੀਂ 15-20 ਮੈਂਬਰਸ, ਅਸੀਂ ਨਰੇਲਾ 'ਚ ਹੀ ਰਹਿੰਦੇ ਹਾਂ। ਦਿੱਲੀ ਨਰੇਲਾ ਦੇ ਰਹਿਣ ਵਾਲੇ ਹੋ? ਬਿਲਕੁਲ, ਵੇਖ ਸਕਦੇ ਹੋ ਦਿੱਲੀ ਵਾਲਿਆਂ ਦਾ, ਜਿੱਥੇ ਦਿੱਲੀ ਵਾਲਿਆਂ ਨੇ ਦਿਲ ਖੋਲਤਾ ਸੀਗਾ ਪੰਜਾਬ ਦੇ ਲਈ, ਉੱਥੇ ਇਹਨਾਂ ਨੌਜਵਾਨ ਬੱਚੇ ਬੱਚੀਆਂ ਨੇ, ਔਰ ਉਹਨਾਂ ਨੇ ਦੱਸਿਆ ਕਿ ਵੀ ਆਰ ਨੋਟ ਫਰੋਮ ਅ ਬੈਕਗ੍ਰਾਊਂਡ ਆਫ ਦ ਫਾਰਮਰਸ ਫੈਮਿਲੀ, ਬਟ ਫਿਰ ਵੀ ਇਹ ਫਾਰਮਰ ਸਾਨੂੰ ਫੂਡ ਫੀਡ ਕਰਦੇ ਨੇ, ਇਸ ਕਰਕੇ ਅਸੀਂ ਆਏ ਹਾਂ। ਔਰ ਅਸੀਂ ਚਾਹਾਂਗੇ ਇਹੋ ਜਿਹੇ ਬੱਚੇ ਜਿੰਨੇ ਵੀ ਨੇ ਯੰਗਸਟਰ ਸਾਡੇ ਨਾਲ ਜੁੜੇ ਰਹਿਣ ਔਰ ਸੇਵਾ ਰਹਿਣ। ਮੈਂ ਕੈਮਰਾਮੈਨ ਵੀਰ ਨੂੰ ਕਹਾਂਗਾ ਇੱਕ ਵਾਰੀ ਫਿਰ ਦਿਖਾ ਦਿਓ ਸਾਰੇ ਨੌਜਵਾਨ ਬੱਚੇ ਬੱਚੀਆਂ ਨੇ ਨਰੇਲਾ ਦਿੱਲੀ ਤੋਂ, ਔਰ ਮਹਾਰਾਜ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ, ਜਿਹੜੇ ਅਸੀਂ ਸਵੇਰ ਤੋਂ ਦੇਖ ਰਹੇ ਹਾਂ ਡਟ ਕੇ ਸੇਵਾਵਾਂ ਨਿਭਾ ਰਹੇ ਨੇ। ਔਰ ਬਿਲਕੁਲ ਲਾਈਵ ਤਸਵੀਰਾਂ ਸਿੱਖ ਚੈਨਲ ਦੇ ਕੁੰਡਲੀ ਬਾਰਡਰ 'ਤੇ ਨੇ, ਦੇਖ ਸਕਦੇ ਹੋ ਤੁਸੀਂ ਕਿਵੇਂ ਬੱਚੇ ਸੇਵਾਵਾਂ ਇਸ ਸਮੇਂ ਜਿਹੜੀਆਂ ਕਰ ਰਹੇ ਨੇ, ਕੋਈ ਬਿਸਕਿਟ ਡਿਸਟ੍ਰੀਬਿਊਟ ਕਰ ਰਿਹਾ, ਕੋਈ ਪਾਣੀ ਦੇ ਗਲਾਸ ਡਿਸਟ੍ਰੀਬਿਊਟ ਕਰ ਰਿਹਾ, ਔਰ ਬਹੁਤ ਚੰਗਾ ਲੱਗ ਰਿਹਾ। ਬਿਲਕੁਲ ਕੁੰਡਲੀ ਬਾਰਡਰ ਤੋਂ ਲਾਈਵ ਤਸਵੀਰਾਂ ਤੁਹਾਡੇ ਸਾਹਮਣੇ ਨੇ, ਯੰਗਸਟਰ ਬੱਚੇ ਬੱਚੀਆਂ ਦਿੱਲੀ ਦੇ, ਤਕਰੀਬਨ ਕੋਈ 17 ਸਾਲ ਦੀ ਉਮਰ ਦੱਸਦਾ, ਕੋਈ 19 ਦੀ, ਕੋਈ 20 ਦੀ। ਬਹੁਤ ਖੁਸ਼ੀ ਹੁੰਦੀ ਹੈ ਜਦੋਂ ਯੰਗਸਟਰ ਬੱਚੇ ਬੱਚੀਆਂ ਜਿਨ੍ਹਾਂ ਦਾ ਕਿ ਫਾਰਮਰਸ ਬੈਕਗ੍ਰਾਊਂਡ ਨਹੀਂ ਹੈ, ਮਗਰ ਉਹ ਫਿਰ ਵੀ ਇਹ ਮੰਨਦੇ ਨੇ ਕਿ ਸਾਨੂੰ ਫਾਰਮਰਸ ਫੀਡ ਕਰਦੇ ਨੇ, ਸਾਨੂੰ ਫੂਡ ਜਿਹੜਾ ਕਿ ਉਹ ਫਾਰਮਰਸ ਦੇ ਰਾਹੀਂ ਮਿਲਦਾ, ਅਤੇ ਉਹ ਬੱਚੇ ਬੱਚੀਆਂ ਸੇਵਾਵਾਂ ਇਹਨਾਂ ਬਜ਼ੁਰਗ ਜਿਹੜੇ ਇੱਥੇ ਬੈਠੇ ਨੇ ਕਿਸਾਨ ਜਥੇਬੰਦੀਆਂ ਜਾਂ ਫਿਰ ਜਿਹੜੇ ਹੋਰ ਪੰਜਾਬ ਤੋਂ ਲੋਕ ਆਏ ਨੇ ਉਹਨਾਂ ਦੇ ਲਈ ਬਿਸਕਿਟਸ ਜਾਂ ਫਿਰ ਫਰੂਟੀਜ਼, ਵਾਟਰਸ ਦੇ ਜਿਹੜੇ ਛੋਟੇ ਗਲਾਸਿਸ ਨੇ ਉਹ ਲੈ ਕੇ ਆ ਰਹੇ ਨੇ। ਲਾਈਵ ਤਸਵੀਰਾਂ ਕੁੰਡਲੀ ਬਾਰਡਰ ਤੋਂ ਤੁਹਾਡੇ ਸਾਹਮਣੇ ਨੇ, ਔਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਬਿਲਕੁਲ ਬਹੁਤ ਸੇਵਾਵਾਂ ਦਿੱਲੀ ਦੇ ਜਿਹੜੇ ਬੱਚੇ ਨੇ, ਯੰਗਸਟਰ ਦਿੱਲੀ ਦੇ ਨੌਜਵਾਨ ਨੇ, ਉਹ ਕਰ ਰਹੇ ਨੇ ਲਾਈਵ ਤਸਵੀਰਾਂ ਕੁੰਡਲੀ ਬਾਰਡਰ ਤੋਂ ਨੇ। ਵੱਖ ਵੱਖ ਤਰ੍ਹਾਂ ਦੀਆਂ ਸੇਵਾਵਾਂ, ਕੋਈ ਬਿਸਕਿਟਸ ਲੈ ਕੇ ਆਉਂਦੇ ਨੇ, ਕੋਈ ਫਰੂਟੀਜ਼, ਕੋਈ ਵਾਟਰ ਬਕਟਸ ਲੈ ਕੇ ਆਉਂਦੇ ਨੇ, ਔਰ ਬਹੁਤ ਖੁਸ਼ੀ ਹੋ ਰਹੀ ਹੈ ਇਹਨਾਂ ਸਾਰੇ ਬੱਚਿਆਂ ਨੂੰ ਦੇਖ ਕੇ ਕਿ ਇਹ ਯੰਗਸਟਰ ਨੇ, ਮਗਰ ਸਮਝਦੇ ਨੇ ਕਿ ਫਾਰਮਰ ਵਾਜ਼ ਅ ਬੈਕਬੋਨ ਆਫ ਦਾ ਕੰਟਰੀ, ਇਹਨਾਂ ਦੀ ਕੰਟਰੀ ਦੀ ਬੈਕਬੋਨ ਹੈ ਫਾਰਮਰ, ਔਰ ਇਸ ਫਾਰਮਰ ਕਾ ਹੀ ਹੈ ਜਿਹੜਾ ਇਹਨਾਂ ਨੂੰ ਫੀਡ ਕਰ ਰਿਹਾ। ਲਾਈਵ ਤਸਵੀਰਾਂ ਕੁੰਡਲੀ ਬਾਰਡਰ ਤੋਂ, ਬਣੇ ਰਹੋ ਸਿੱਖ ਚੈਨਲ ਦੇ ਨਾਲ।